ਇੱਕ ਸਤਿਕਾਰਯੋਗ ਸ਼ਖਸੀਅਤ ਸਰਦਾਰਨੀ ਸਵਰਗੇ ਸੁਖਵੰਤ ਕੌਰ ਹੁੰਦਲ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੀ ਅੰਤਮਿਕ ਸ਼ਾਂਤੀ ਦੇ ਲਈ ਰੱਖੇ ਗਏ ਪਾਠ ਦੇ ਭੋਗ ਗੁਰਦੁਆਰਾ ਸ਼੍ਰੀ ਸਿੰਘ ਸਭਾ ਬਸੰਤ ਐਵੀਨਿਊ ਲੁਧਿਆਣਾ ਵਿਖੇ ਪਾਏ ਗਏ। ਉਹ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਪਤੀ ਇੰਜੀਨੀਅਰ ਗੁਰਪਿੰਦਰ ਸਿੰਘ ਜੀ, ਪੁੱਤਰ ਜਸਕਰਨ ਸਿੰਘ ਨੂੰ ਪ੍ਰੀਤ ਕੈਨੇਡਾ, ਪੁੱਤਰ ਹਰਕਿਰਤ ਸਿੰਘ ਹੁੰਦਲ ਜੀ, ਭਰਾ ਵਿਸਾਖਾ ਸਿੰਘ USA, ਮੇਹਰ ਸਿੰਘ ਧੂਰ ਕੈਨੇਡਾ ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ
सदरे नित पवन सदन शब्द प्यारे हो जन्म मरण की टेक मुखी उदल सदा सुखी नानक सुनत एक राम कली महला तीजा नंद एक ओंकार सतगुरु प्रसाद नंद पया मेर माए सतगुरु मैं पाया सतगुरु ता पाया सहज से ती मन बजिया Oh,
ਭਗਤੀ ਜੀ ਸਹਾਇ ਵਾਰਸ ਵਿੱਚ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿੰਘ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਗੁਰੂ ਤੇ ਅਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਲਿਖੈ ਸਤਿ ਸੁਜਾਇ ਤੇਗ ਬਹਾਦਰ ਸਿਮਰਿਐ ਘਰ ਨੌ ਲਿਆ ਮੈਂ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿਕਾਰ ਦਾ ਧਿਆਨ ਧਰ ਬੋਲੋ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਤੀ ਹੈ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਬਾਣੀ ਦਾ ਫੁਰਮਾਨ ਹੈ ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਖਾਏ ਨਾਨਕ ਕਿਸ ਨੂੰ ਆਖੀਐ ਵਿਣ ਪੁੱਛਿਆ ਹੀ ਲੈ ਜਾਏ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁਕ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਤੀਰ ਜਿਹਾ 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 ਹੁਕਮ ਕਮਾਹੇ ਕਦੇ ਆਵ ਹੈ ਨਾਨਕਾ ਸਦੇ ਉੱਠੀ ਜਾਹੀ ਦੇ ਮਹਾਂਮਹਾਂ ਸਾਰ ਸਤਿਗੁਰ ਜੀ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਬੀਬੀ ਸੁਖਵੰਤ ਕੌਰ ਜੀ ਸਤਿਗੁਰੀ ਜੀ ਜੋ ਕਿ ਆਪ ਜੀਆਂ ਦੀ ਬਖਸ਼ਿਸ਼ ਕੀਤੀ ਹੋਈ ਸਵਾਸਾ ਦੀ ਪੂਜੀ ਨੂੰ ਭੋਗਦਿਆਂ ਹੋਇਆ ਕੁਛ ਦਿਨ ਪਹਿਲਾਂ ਸਤਿਗੁਰ ਜੀ ਉਹ ਕਾਲ ਚਲਾਣਾ ਕਰ ਗਏ ਸਨ ਉਹਨਾਂ ਦਿਨ ਵਿੱਚ ਸਮੁੱਚੇ ਪਰਿਵਾਰ ਨੇ ਆਪ ਜੀਆਂ ਦੇ ਚਰਨਾਂ ਦਾ ਉਹ ਦਾਸਤਾ ਲੈਂਦੇ ਹੋਏ ਆਪਣੇ ਗ੍ਰਹਿ ਵਿਖੇ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੀਆਂ ਨੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ ਤੇਈ ਪਿਆਰੇ ਮੇਲ ਜਿਨ੍ਹਾਂ ਵੇਲਿਆਂ ਤੇਰਾ ਨਾਮ ਚਿੱਤਿਆ ਮੈਂ ਨਾਮ ਚੱਟੀ ਕਰਾਰ ਤੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰੀਦਾ ਹੋ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿਨਾ ਵਾਸ ਕੱਕਰ ਚੁਗਨ ਫਲ ਬਸਨ ਰੱਬ ਨਾ ਛੋੜ
Bye.
Yeah.
Oh,
ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖੀ ਉਦਲ ਸਦਾ ਸੁਖੀ ਨਾਨਕ ਸੁਨ ਤੇਕ ਰਾਮ ਕਲੀ ਮਹਲਾ ਤੀਜਾ ਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜਿਆ ਜਾਗ ਤਨ ਪਰਵਾਰ ਪਰਿਆ ਸ਼ਬਦ ਗਾ ਬਨਿਆ ਸਭ ਦੋ ਤਗਾ ਗੋ ਹਰੀ ਤੇਰਾ ਮਨ ਜਿਨੀ ਵਸਾਇਆ ਰਹੋ ਹਰ ਨਾਲ ਰਹੋ ਸਰਬੱਤ ਗੁਰਦੁਆਰਿਆਂ ਦੀ ਕਾ ਧਿਆਨ ਧਰ ਬੋਲੋ ਜੀ ਵਾਹਿਗੁਰੂ
ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿ ਗੁਰੂ, ਵਾਹਿ ਗੁਰੂ, ਵਾਹਿ ਗੁਰੂ। ਚਿਤਿਆ ਵਿਆ ਚਿਤਿਆ ਕਾ ਸਤਿਕਾਰ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਜਿਤ ਗੁਰੂ, ਤਹਾਂ ਤਹਾਂ ਰਿਛਾ ਰਿਆਇਤ। ਦੇਵ ਦੇਵ ਪਤ ਹੈ ਜੋ ਕੀ ਦੈ ਪੰਥ ਕੀ ਜੀ। ਸ੍ਰੀ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਲਹਿਤ ਦਾਨ, ਵਿਵੇਕ ਦਾਨ, ਸਾਹ ਦਾਨ, ਭਰੋਸਾ ਦਾਨ, ਦਾਨਾ ਸਿਦਾਨ, ਨਾਮ ਦਾਨ, ਸਿਮਰਨ ਸਤ, ਕੇਸ ਦਾਨ, ਚੌਕੀਆਂ, ਝੱਬੇ, ਗੁੰਗੇ, ਦੁਰਗੋ, ਜੁਗ ਅਟਲ, ਧਰਮ ਕਾ ਜੈਕਾਰ। ਬੋਲੋ ਜੀ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਤੀ ਹੈ। ਪਾਤਸ਼ਾਹ ਜੀ ਆਪ ਜੀ ਦੀ ਪਾਵਨ ਬਾਣੀ ਦਾ ਫੁਰਮਾਨ ਹੈ, ਸਰਫ ਹੈ, ਸਰਫ ਹੈ ਸਦਾ ਸਦਾ, ਇਹ ਵੈ ਗਈ ਵਿਹਾਏ, ਨਾਨਕ ਇਸ ਨੂੰ ਆਖੀਐ, ਵਿਣ ਪੁੱਛਿਆ ਹੀ ਲੈ ਜਾਏ, ਰਾਣਾ ਰਾਉ ਨਾ ਕੋ ਰਹਿ, ਰੰਗ ਨਾ ਤੁਕ ਫਕੀਰ, ਵਾਰੀ ਆਪੋ ਆਪਣੀ, ਕੋਈ ਨਾ ਬੰਧੈ ਤੀਰ, ਜਿਹਾ ਜੀ ਪਿਆ ਜਿਹਾ ਹੁਕਮ ਕਮਾਹੇ, ਘਰੇ ਆਵ ਹੈ ਨਾਨਕਾ ਸਦੇਵ ਕੀ ਜਾਹੀ ਦੇ ਮਹਾਂਮਹਿਮ ਅਨੁਸਾਰ। ਸਤਿਗੁਰ ਜੀ ਆਪ ਜੀਆਂ ਦੇ ਦਰ ਘਰ ਦੇ ਪ੍ਰੀਤ ਵਾਰ ਬੀਬੀ ਸੁਖਵੰਤ ਕੌਰ ਜੀ, ਸਤਿਗੁਰ ਜੀ ਜੋ ਕਿ ਆਪ ਜੀਆਂ ਦੀ ਬਖਸ਼ਿਸ਼ ਕੀਤੀ ਹੋਈ ਸਵਾਸਾ ਦੀ ਪੂਜੀ ਨੂੰ ਭੋਗਦਿਆਂ ਹੋਇਆ ਕੁਛ ਦਿਨ ਪਹਿਲਾਂ ਸਤਿਗੁਰ ਜੀ ਉਹ ਕਾਲ ਚਲਾਣਾ ਕਰ ਗਏ ਸਨ, ਉਹਨਾਂ ਦਿਨ ਵਿੱਚ ਸਮੁੱਚੇ ਪਰਿਵਾਰ ਨੇ ਆਪ ਜੀਆਂ ਦੇ ਚਰਨਾਂ ਦਾ ਉਹ ਦਾਸਤਾ ਲੈਂਦੇ ਹੋਏ ਆਪਣੇ ਗ੍ਰਹਿ ਵਿਖੇ ਧੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੀਆਂ ਨੇ, ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ। ਆਪ ਜੀਆਂ ਦੀ ਮਹਾਨ ਕਿਰਪਾ ਦਾ ਸਦਕਾ ਸਤਿਗੁਰ ਜੀ ਗੁਰਬਾਣੀ ਆਦਿ ਤੋਂ ਮੱਧ ਮੱਧ ਤੋਂ ਅੰਤ ਨਿਰਵਿਘਨਤਾ ਸਹਿਤ ਸੰਪੂਰਨ ਪੜ੍ਹ ਕਰ ਕੁਛ ਸਮਾਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਉਹਨਾਂ ਦੇ ਗ੍ਰਹਿ ਵਿਖੇ ਭੋਗ ਪਾਏ ਗਏ ਸਨ। ਸਤਿਗੁਰ ਜੀ ਇਸ ਮੁਕਤਾਬ ਦੀ ਪਾਵਨ ਹਜ਼ੂਰੀ ਅੰਦਰ ਸੋਹਣੇ ਦੀਵਾਨ ਸਜੇ ਸਦੇ ਦੀਵਾਨਾਂ ਦੇ ਅੰਦਰ ਆਪ ਜੀ ਦੀ ਲਾਗੀ ਬਾਣੀ ਕਲਯੁਗ ਨਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਲਾਏ ਧਿਆਨਾਂ ਦੇ ਮਹਾਂਵਾਕ ਅਨੁਸਾਰ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਸ਼ਬਦ ਕੀਰਤਨ ਗਾਇਨ ਹੋਏ। ਪਾਤਸ਼ਾਹ ਜੀ ਇੰਨੇ ਸਮੇਂ ਦੌਰਾਨ ਆਪ ਜੀ ਦੀ ਲਾਹੀ ਬਾਣੀ ਦੇ ਜਾਪ ਕਰਦਿਆਂ, ਸੇਵਾ ਸਤਿਕਾਰ ਕਰਦਿਆਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦੇ ਹੋਣੀਆਂ ਵਿਅਰਥ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਬਖਸ਼ ਲੈਣੀਆਂ ਦੇ ਹਨਵਾਨ ਜੀ ਕਿਰਪਾ ਕਰਨੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਸੁਰਿ ਸਪਸ਼ਟ ਗੁਰਬਾਣੀ ਦੇ ਜਾਪ ਸ਼ਬਦ ਕੀਰਤਨ ਗਾਇਨ ਕਰਨ ਦੇ ਬਾਵਜੂਦ ਉਤਸ਼ਾਹ ਚਾਓ ਬਖਸ਼ਿਸ਼ ਕਰਨਾ। ਪਾਤਸ਼ਾਹ ਜੀ ਪੜ੍ਹੀ ਸੁਣੀ ਗੁਰਬਾਣੀ ਦਾ ਪ੍ਰਭਾਵ ਉਸ ਵਿਛੜੀ ਹੋਈ ਆਤਮਾ ਨੂੰ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਕਿਰਪਾ ਕਰਨੀ ਸਤਿਗੁਰ ਜੀਓ ਪਰਿਵਾਰ ਵਿੱਚ ਸੁਖ ਸ਼ਾਂਤੀ, ਦੇਹ ਰੋਗਤਾ, ਤੰਦਰੁਸਤੀ, ਚੜ੍ਹਦੀ ਗੁਲਾਦੀ, ਦਾਤ ਨਾਮ ਦੀ ਦਾਤ ਬਖਸ਼ਿਸ਼ ਕਰਨੀ, ਦੇਖੈ ਕਤਹਿ ਨ ਛੁਟੀ ਐ, ਖਿੰਨ ਖਿੰਨ ਭੂਲਨ ਹਾਰ, ਬਖਸ਼ਣ ਹਾਰ, ਬਖਸ਼ ਲੈ ਨਾਨਕ ਪਾਰੂ ਉਤਾਰ ਕੇ ਕਿਰਪਾ ਕਰਨਾ। ਪਾਤਸ਼ਾਹ ਜੀ ਕਿਰਪਾ ਕਰਨੀ ਉਸ ਵਿਛੜੀ ਹੋਈ ਆਤਮਾ ਨੂੰ ਮਾਰਗ ਦਰਸ਼ਨ ਕਰਨਾ, ਗੁਰੂ ਗਰੀਬ ਨਿਵਾਰ ਪਰਿਵਾਰ ਏਕਤਾ ਇਤਫਾਕ ਬਖਸ਼ਿਸ਼ ਕਰਨਾ, ਨਾਮ ਦੀ ਦਾਤ ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨਾ। ਸਤਿਗੁਰ ਜੀ ਉਸ ਉੱਚੇ ਪਰਿਵਾਰ ਵੱਲੋਂ ਆਪ ਜੀ ਦੀ ਬਖਸ਼ਿਸ਼ ਕੀਤੀਆਂ ਹੋਈਆਂ ਦੁਖਦਾਤਾਂ ਵਿੱਚੋਂ ਪੰਚਾਮਤ ਗ੍ਰਹਿ ਪ੍ਰਸ਼ਾਦ ਦੀ ਦੇਖ ਸਾਜ ਕਰ ਹਾਜ਼ਰ ਹੈ, ਦਰ ਪਰਿਵਾਰ ਹੋਵੇ ਪ੍ਰਵਾਨ ਪ੍ਰਸ਼ਾਦ, ਸਮੂਹ ਸੰਗਤ ਵਿੱਚ ਵਰਤੇ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤੇ ਫੁਲਕੇ ਢਾਵਾਂ ਦਾ ਪ੍ਰਵਾਨ ਕਰਨੀਆਂ ਜੀ। ਚੱਲਿਆ ਕਦਮ ਕਦਮ ਨੂੰ ਦੇਖੇ ਲਾਉਣਾ, ਕਿਰਪਾ ਕਰੋ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਸਹੀ ਪਿਆਰੇ ਮੇਲ ਜਿਨ੍ਹਾਂ ਵੇਲਿਆਂ ਤੇਰਾ ਨਾਮ ਚਿਤਿਆ ਵੈ, ਨਾਨਕ ਨਾਮ ਚੜ੍ਹੀ ਕਲਾ ਤੇ ਬਾਣੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ
ਲਾਂਘਣਾ ਫਕੀਰਾ ਸੱਦੇ ਤੇ ਇੱਥੇ ਪਹੁੰਚ ਕੀਤੀ ਹੈ ਤੇ ਪਰਿਵਾਰ ਦਾ ਦੁੱਖ ਸਾਂਝਾ ਕੀਤਾ।
अगलिया जो सेवावान ने बेनती करा कि जो अगे सेवावान ने भाई बलवंत सिंह जी और इतने के ग्रंथी सिंह ने कि अगली जोड़ी कार्रवाई वो पूरी कर दे। वाहेगुरु जी का खालसा वाहेगुरु जी की फतेह। बोले सो दिहार Come on, dude.